ਪਰਮੇਸ਼ਰ ਸਾਡੇ ਮਗਰ ਲੈ ਕੇ ਤੁਰ ਪੈਣਾ, ਪਰ ਉਹਦੇ ਬਣ ਜਾਈਏ ਸਾਧ ਸੰਗਤ ਜੀ। ਆਪ ਸਵਾਰੇ ਮੈਂ ਮਿਲਾ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋ ਰਹਿ ਸਭ ਜਗ ਤੇਰਾ। ਸਾਧ ਸੰਗਤ ਜੀ ਬਾਣੀ ਪੜ੍ਹਨੇ ਨਾਲ ਨਹੀਂ ਆ, ਸਾਰੀ ਜ਼ਿੰਦਗੀ ਕੀਰਤਨ ਕਰੀ ਜਾਣਾ, ਕਥਾ ਕਰੀ ਜਾਣੀ, ਮੇਰੇ ਹਿਸਾਬ ਨਾਲ ਕੋਈ ਲਾਭ ਨਹੀਂ। ਲਾਭ ਸਾਰਾ ਜੇ ਮਨ ਚ ਵਸਾ ਲਈਏ, ਇੱਕ ਕਿਣਕਾ ਵੀ ਵਸ ਜਾਵੇ। ਆ ਬੀਬੀਆਂ ਬੈਠੀਆਂ ਜਿੱਦਾਂ ਜਿੰਨਾ ਦੁੱਧ ਹੁੰਦਾ ਨਾ, ਲੱਸੀ ਉੱਨੀ ਨਹੀਂ ਪਾਈ ਦੀ ਸਾਧ ਸੰਗਤ ਜੀ। ਗੁਰਬਾਣੀ ਸਾਨੂੰ ਤਿਆਗ ਨਹੀਂ ਸਿਖਾਉਂਦੀ, ਬੱਚੇ ਛੱਡਦੇ, ਘਰ ਛੱਡਦੇ, ਪਰਿਵਾਰ ਛੱਡਦੇ, ਪਰ ਸਾਧ ਸੰਗਤ ਜੀ ਸੱਚ ਜਾਣਿਓ, ਇਹ ਤਾਂ ਇੱਕ ਬਰਾਗਤ ਕਾਲ ਸੀ। ਤੂੰ ਪਰਮੇਸ਼ਰ ਦਾ ਤੂੰ ਪਰਮਾਤਮਾ ਦਾ ਬਣ ਜਾ, ਇਹ ਜਨਮ ਨਹੀਂ ਮਿਲਣਾ ਕਿਸੇ ਕੀਮਤ ਤੇ, ਨਹੀਂ ਮਿਲਣਾ ਰਾਜਾ ਮਹਾਰਾਜਾ ਨੂੰ ਨਹੀਂ ਮਿਲਣਾ। ਆਪਾਂ ਕਿਹਦੇ ਪਾਣੀ ਆ, ਕਿਤੇ ਮਹਾਂਪੁਰਸ਼ ਪਰਮੇਸ਼ਰ ਦੇ ਘੱਲੇ ਆਉਂਦੇ ਨੇ, ਸੇਵਾ ਕੋ ਦੋ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਤੇ ਸੰਤ ਜਪਾਵੇ ਨਾਮ। ਸਾਧ ਸੰਗਤ ਜੀ ਕੁੰਭ ਲੱਗਾ ਹੋਇਆ ਪਰਮੇਸ਼ਰ ਦਾ ਵਾਸਾ ਵਿੱਚ ਸੰਗਤ ਹਰ ਪ੍ਰਭ ਬਸੇ ਜੀਉ, ਕਿੱਥੇ ਚੋਲਣਾ, ਕਿੱਥੇ ਨਫ਼ਰਤ ਕਰਨੀ ਆ। ਇੱਥੇ ਮੁੰਡਿਆਂ ਨੂੰ ਖਾਲਿਆ ਜਾਂਦਾ, ਇੱਥੇ ਦਾੜੀ ਕੱਟਿਆਂ ਵਾਲਿਆਂ ਨੂੰ ਖਾਲਿਆ ਜਾਂਦਾ। ਦੱਸੋ ਤਾਂ ਇੱਥੇ ਅਮਰਧਾਰੀ ਬੈਠੇ ਆ ਸਾਰੇ, ਇੱਥੇ ਸਾਰੇ ਦਾੜੀ ਵਾਲੇ ਬੈਠੇ ਆ, ਤੁਸੀਂ ਕਿੰਨੇ ਗ੍ਰਹਿਸਤੀ ਬੈਠੇ ਆ, ਸਾਰੇ ਦਾੜੀਆਂ ਵਾਲੇ ਨੂੰ ਮਿਲਦੇ ਆ, ਗ੍ਰਹਿਸਤੀ ਨਾਲ ਨਹੀਂ ਮਿਲਦੇ, ਆਧਾਰੀਆਂ ਨਾਲ ਮਿਲਦੇ ਨੇ, ਪੰਡਤਾਂ ਨਾਲ ਮਿਲਦੇ ਨੇ, ਰੋਡੀਆਂ ਭੋਡਿਆਂ ਨਾਲ ਮਿਲਦੇ ਨੀ, ਕਿਹਦੇ ਨਾਲ ਨਹੀਂ ਮਿਲਦੇ। ਸਾਧ ਸੰਗਤ ਜੀ ਜੇ ਤੁਸੀਂ ਰੱਬ ਨੂੰ ਮਿਲਣਾ ਨਾ, ਤੇ ਬੰਦੇ ਨਾਲ ਪਿਆਰ ਕਰੋ, ਰੱਬ ਬੰਦੇ ਵਿੱਚ ਹੀ ਆ, ਰੱਬ ਬਾਹਰ ਨਹੀਂ ਮਿਲਦਾ। ਜੇ ਬਾਹਰ ਜੋਈਏ ਤੇ ਮੇਰੇ ਤਾਂ ਖਿਆਲ ਨਹੀਂ, ਵਿੱਚ ਸੰਗਤ ਹਰ ਪ੍ਰਭ ਬਸੇ ਜੀਉ, ਇੱਥੇ ਹੀ ਪਰਮਾਤਮਾ ਆਇਆ। ਸਾਧ ਸੰਗਤ ਜੀ ਅੰਮ੍ਰਿਤ ਵੇਲੇ ਉੱਠਿਆ ਕਰੋ, ਇਸ਼ਨਾਨ ਕਰ ਲਓ ਤਾਂ ਬਹੁਤ ਹੀ ਵਧੀਆ ਨੇ, ਹੱਥ ਮੂੰਹ ਧੋ ਲਓ। ਮੈਂ ਤੇ ਕੋਈ ਜ਼ਿੰਦਗੀ ਚ ਪਰਨ ਨਹੀਂ ਕੀਤਾ, ਨਾ ਹੋਇਆ ਹੀ ਆ। ਜਦੋਂ ਗੁਰੂ ਦੇ ਲੜੇ ਲੱਗ ਗਏ ਉਹਦੇ ਬਣ ਗਏ, ਤੇ ਪਰਨ ਕਾਹਦਾ, ਪਰਨ ਤੇ ਉਨਾ ਚਿਰ ਜਿੱਥੇ ਨੇਮ ਆ ਨਾ, ਨੇਮ ਉੱਥੇ ਪ੍ਰੇਮ ਨਹੀਂ ਹੈ, ਜਿੱਥੇ ਨੇਮ ਉੱਥੇ ਪ੍ਰੇਮ ਨਹੀਂ, ਪਰ ਜਿੱਥੇ ਪ੍ਰੇਮ ਆ ਸਾਧ ਸੰਗਤ ਉੱਥੇ ਨੇਮ ਵੀ ਹੈ। ਸੁਧਾਮਾ ਗਿਆ ਸੀ ਨਾ ਫੱਕੇ ਮਾਰ ਕੇ ਕ੍ਰਿਸ਼ਨ ਭਗਵਾਨ ਮਹਾਰਾਜ ਜੱਪਣ ਲੱਗ ਗਏ, ਬੜੀ ਰਾਣੀ ਕਹਿੰਦੀ ਮਹਾਰਾਜ ਮਰਜ਼ਾਦਾ ਦਾ ਭੰਗ ਕਰ ਦਿੱਤੀ, ਕਹਿੰਦੇ ਕਾਹਦੇ, ਕਹਿੰਦੇ ਕੋਈ ਚੀਜ਼ ਆਉਂਦੀ ਪਹਿਲਾਂ ਦਰਬਾਰ ਚਲ ਜਾਂਦੇ ਆ, ਅਰਦਾਸ ਕਰਦੇ ਆ, ਭੋਗ ਲਾਉਂਦੇ ਆ, ਫਿਰ ਸੰਗਤ ਨੂੰ ਵਰਤਾਉਂਦੇ, ਹਜੇ ਆਪਾਂ ਵੀ ਇੱਦਾਂ ਕਰਦੇ ਹਾਂ, ਕਿੰਨੀ ਸੰਗਤ ਚਲੇ ਗਈ, ਹਲੇ ਅਰਦਾਸ ਹੀ ਨਹੀਂ ਹੋਈ, ਹਲੇ ਤੇ ਸਿੱਖਾਂ ਨੂੰ ਚੁਕਾਉਣਾ, ਹਲੇ ਭੋਗ ਨਹੀਂ ਲੱਗਾ। ਭਗਵਾਨ ਕਹਿਣ ਲੱਗੇ ਇਹ ਮਿੱਤਰ ਦੇ ਚੌਲ ਆ, ਇਹਦੇ ਚੋਂ ਨਹੀਂ ਕਿਸੇ ਨੂੰ ਦੇਣਾ। ਗੱਜ ਕੇ ਆਖੋ ਸਤਨਾਮ, ਹਰ ਜੀ ਸਾਹ ਛੱਡ ਕੇ ਸਿਘਾਸਣ ਆ ਗਏ ਲੈਣ ਸੁਧਾਮੇ ਨੂੰ। ਸਾਧ ਸੰਗਤ ਜੀ ਬੰਦੇ ਨਾਲ ਪ੍ਰੇਮ ਕਰੋ, ਰੱਬ ਬੰਦਿਆਂ ਵਿੱਚ ਵਸਦਾ, ਪ੍ਰੇਮ ਕਰੋਗੇ ਤੇ ਦਾੜੀ ਕੱਟੀ ਵਾਲੀ ਦਾੜੀ ਰੱਖ ਲਵੇ, ਜਿਹਨੂੰ ਆਪਾਂ ਨੇੜੇ ਹੀ ਨਾ ਆਉਣ ਦੇਵਾਂਗੇ ਉਹ ਰੱਖ ਲਓ। ਮੈਂ ਤੇ ਆਪ ਬੜਾ ਦਾੜੀ ਕਰਦਾ ਹੁੰਦਾ ਸੀ, ਆਪ ਜੀ ਮੇਰਾ ਖੇਤੀ ਕਰਨੀ, ਮਤਲਬ ਕਈ ਸੰਗਤਾਂ ਜਾਣਦੀਆਂ, ਖੇਤੀ ਕਰਨੀ, ਸ਼ਰਾਬ ਕੱਢਣੀ, ਸ਼ਰਾਬ ਪੀਣੀ, ਸਾਰਾ ਕੁਝ ਕਰਨਾ। ਰੱਬ ਜੀ ਸੱਜਣ ਡੰਗ ਨੇ ਕੀ ਨਹੀਂ ਕੀਤਾ, ਪਰ ਇੱਕ ਗੱਲ ਜ਼ਰੂਰ ਆ, ਜੇ ਤੁਸੀਂ ਸੰਗਤ ਵਿੱਚ ਆ ਜਾਓ, ਆ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਆ ਜਾਓ ਨਾ, ਤੇ ਸਤਿਗੁਰ ਖੋਟਿਓ ਖਰੇ ਕਰੇ, ਸ਼ਬਦ ਸਵਾਰਨ ਹਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ। ਤੈਨੂੰ ਕਈ ਕਹਿੰਦੇ ਰੱਬ ਜੀ ਤੁਸੀਂ ਆਪਣਾ ਪਾਪ ਦੱਸ ਦਿਓ, ਮੈਂ ਕਿਹਾ ਮੈਂ ਆਪਣਾ ਕੋਟ ਦੱਸਦਾ, ਮੈਂ ਕੋਟ ਦੱਸਦਾ, ਸਾਧੂ ਤਾਂ ਮਿਲਦਾ ਕੀ, ਸਾਧੂ ਰੱਖ ਦਿੰਦੇ ਕੀ ਆ ਸਾਨੂੰ। ਸਾਧ ਸੰਗਤ ਜੀ ਜਿਵੇਂ ਲਲਾਰੀ ਕੋਲ ਜਾ ਕੇ ਨਾ ਕੱਪੜੇ ਨੂੰ ਰੰਗ ਚੜਾ ਲਈਦਾ, ਸੱਚੀ ਮੁੱਚੀ ਮਹਾਂਪੁਰਸ਼ ਦੇ ਰੰਗ ਚਾੜ ਦਿੰਦੇ। ਬਾਬਾ ਦਲੇਰ ਸਿੰਘ ਮਹਾਰਾਜ ਦੀ ਕਿਰਪਾ, ਬਾਬਾ ਹਰਨਾਮ ਸਿੰਘ ਮਹਾਰਾਜ ਦੀ ਕਿਰਪਾ, ਸਾਰੇ ਮਹਾਂਪੁਰਸ਼ਾਂ ਦੀ ਕਿਰਪਾ। ਸਾਧ ਸੰਗਤ ਜੀ ਆਪਣੇ ਬੱਚਿਆਂ ਦੇ ਕੇਸ ਰੱਖਿਆ ਕਰੋ, ਮੂਲ ਮਾਤਾ ਦਾ ਪਾਠ ਕਰਿਆ ਕਰੋ, ਜਪਜੀ ਸਾਹਿਬ ਦਾ ਪਾਠ ਕਰਿਆ ਕਰੋ। ਤੇ ਸੈਕਟਰੀ ਸਾਹਿਬ ਮੈਂ ਤੇ ਕਿਹਾ ਸੀ, ਮੈਂ ਕਿਹਾ ਮਹਾਰਾਜ ਹੋਰ ਵੀ ਹੈਗਾ ਉਹਨੂੰ ਵੀ ਬੁਲਾ ਲਓ, ਕੋਈ ਗੱਲ ਨਹੀਂ, ਗਰੀਬਾਂ ਦਾ ਕੀ ਹੁੰਦਾ, ਗਰੀਬਾਂ ਦਾ ਕੋਈ ਜ਼ੋਰ ਹੁੰਦਾ, ਤੁਹਾਨੂੰ ਪਤਾ ਵਿਆਹ ਸ਼ਾਦੀ ਕਰਦੇ ਨਾ, ਆਹ ਲਾਗੀਆਂ ਨੂੰ ਮਗਰੋਂ ਦਾਲ ਫੁਲਕਾ ਦੇਈਦਾ, ਅਸੀਂ ਤੇ ਕੂਕਰ ਹੈ ਜੀ। ਮੈਂ ਤਾਂ ਕਹਿੰਦਾ ਮਹਾਰਾਜ ਸਾਨੂੰ ਇੱਥੇ ਦੇ ਝਾੜੂ ਬਰਦਾਰ ਵੀ ਬਣਾ ਲੈਣ, ਸਾਨੂੰ ਕੂਕਰ ਵੀ ਬਣਾ ਲੈਣ,
ਮੈਂ ਕਹਿੰਦਾ ਸਾਡੇ ਧੰਨ ਭਾਗ ਇੱਕ ਸੰਤ ਦੇ ਦਰਸ਼ਨ ਕਰਨੇ ਆ, ਸੰਤਾਂ ਦੇ ਦਰਸ਼ਨ ਕਰਕੇ ਸਾਰਾ ਕੁਛ ਮਿਲਦਾ, ਇਹਨਾਂ ਮਹਾਂਪੁਰਸ਼ਾਂ ਦੀ ਕਿਰਪਾ ਆਇਆ ਸਾਰੀ। ਇਸ ਕਰਕੇ ਸਾਧ ਸੰਗਤ ਜੀ, ਭਵਾਂ ਸਵੇਰ ਨੂੰ ਆਪਣੇ ਬੱਚੇ ਨੂੰ ਸਤਨਾਮ ਦਾ ਜਾਪ ਕਰਾਇਆ ਕਰੋ, ਪੰਜ ਵਾਰੀ ਕਰਾ ਲਿਆ ਕਰੋ, ਪੰਜ ਵਾਰੀ ਇੱਧਰ ਲੋਕ ਆ 11 ਵਾਰੀ ਕਰਾਓ। ਸਭ ਤੋਂ ਵੱਡੀ ਗੱਲ ਹੈ ਧਰਮ ਦੀ ਕਮਾਈ ਕਰੋ, ਹੱਕ ਦੀ ਕਮਾਈ ਕਰੋ, ਗੁਰੂ ਨਾਨਕ ਦੀ ਖੁਸ਼ੀ ਪ੍ਰਾਪਤ ਕਰੋ। ਜਿਹੜਾ ਕਹਿੰਦਾ ਨਾ ਮੇਰੇ ਘਰ ਵਿੱਚ ਬਰਕਤ ਨਹੀਂ, ਤੁਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹ ਕੇ ਤਾਂ ਦੇਖੋ, ਜੋ ਸਦਾ ਸੁੱਖ ਚਾਹੇ ਧਨ ਰਾਮ ਕੀ ਲੈ, ਤੁਸੀਂ ਪੜ੍ਹੋ ਤਾਂ ਸਹੀ। ਇਸ ਕਰਕੇ ਸਾਧ ਸੰਗਤ ਜੀ, ਸਤਿਗੁਰ ਕਿਰਪਾ ਕਰਨ ਸਾਰੇ ਮਹਾਂਪੁਰਸ਼ਾਂ ਨੂੰ ਜਿਹੜੇ ਗਏ ਵੀ ਆ ਔਰ ਜਿਹੜੇ ਸਟੇਜ ਤੇ ਬੈਠੇ ਵੀ ਆ, ਬਾਬਾ ਸੁਰਿੰਦਰ ਸਿੰਘ ਮਹਾਰਾਜ ਵਰਗੇ ਜਿਹਨਾਂ ਨੇ ਇੰਨੇ ਜੂਆਂ ਦੇ ਦਰਸ਼ਨ ਕਰਾਏ ਨੇ, ਕੱਲ ਭੇਟਾ ਕਰੀਏ, ਸਾਰੇ ਮਨ ਦੇ ਵਿੱਚ ਚਾਹ ਲੈ ਕੇ ਆਏ ਹਾਂ, ਖੁਸ਼ੀਆਂ ਲੈ ਕੇ ਆਏ ਹਾਂ, ਮਹਾਰਾਜ ਦੇ ਅੱਗੇ ਅਰਦਾਸ ਕਰੋ, ਬਿਲਕੁਲ ਜ਼ੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ, ਪਰਮੇਸ਼ਰ ਨੂੰ ਮੰਗ ਲਓ, ਸਾਰੇ ਪਦਾਰਥ ਮਿਲ ਜਾਂਦੇ ਨੇ। ਆਓ ਗੁਰੂ ਗ੍ਰੰਥ ਸਾਹਿਬ ਮਨ ਨੂੰ ਸੀ ਚੁਕਾਈਏ, ਮਹਾਂਪੁਰਸ਼ਾਂ ਨੂੰ ਸੀ ਚੁਕਾਈਏ, ਅਰਦਾਸ ਕਰਦੇ ਹਾਂ ਸੰਤ ਬਾਬਾ ਸੁਰਿੰਦਰ ਸਿੰਘ ਮਹਾਰਾਜ ਨੂੰ ਤੰਦਰੁਸਤੀ ਦੇਹ ਰੋਗਤਾ ਬਖਸ਼ਣ, ਸੰਗਤ ਦੀ ਸੇਵਾ ਪਰਮੇਸ਼ਰ ਦੀ ਸੇਵਾ ਕਰਨ ਦਾ ਬਲ ਬਖਸ਼ਣ। ਅਰਦਾਸ ਦੇ ਚਰਨਾਂ ਸੰਗਤ ਦੇ ਚਰਨਾਂ 'ਚ ਅਰਦਾਸ ਕਰਦਾ, ਦਾਸ ਦੇ ਸਿੱਟੇ ਵੀ ਹੱਥ ਰੱਖੂ, ਗੁਰੂ ਘਰ ਦੀ ਸੇਵਾ ਅਤੇ ਸਿਮਰਨ ਇਹ ਮਹਾਰਾਜ ਬਖਸ਼ਣ। ਇੱਕ ਵਾਰੀ ਸਾਰੀਆਂ ਸੰਗਤਾਂ ਜਿੱਥੇ ਵੀ ਬੈਠੀਆਂ, ਰਸਨਾ ਕਰੀਏ ਪਵਿੱਤਰ ਹਿਰਦੇ ਤੋਂ, ਪਿਆਰ ਨਾਲ ਸ਼ਰਧਾ ਦੇ ਫੁੱਲ ਬਾਬਾ ਜੀ ਨੂੰ ਭੇਟਾ ਕਰਨੇ ਆ। ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਿਆਰੀ ਸਾਹਿਬ ਸਿੰਘ ਜੀ, ਬਹੁਤ ਬਹੁਤ ਧੰਨਵਾਦ ਜੀ। ਗੁਰੂ ਹਰਗੋਬਿੰਦ ਸੇਵਾ ਸਿਖਾਈ ਜੀ, ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ।